ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜਦ ਧਰਤੀ ਤੇ ਆਏ ਉਦੋਂ ਚਾਰ ਮਤ ਬੜੇ ਜ਼ੋਰਾਂ ਤੇ ਚੱਲਦੇ ਸੀ, ਅੱਜ ਵੀ ਚੱਲਦੇ ਆ। ਜਿੱਥੋਂ ਗਰੀਬ ਨਵਾਜ ਨੇ ਵਿਚਾਰ ਸ਼ੁਰੂ ਕੀਤੀ, ਪਾਵਨ ਜਪਜੀ ਸਾਹਿਬ ਮੂਲ ਮੰਤਰ ਤੋਂ ਅੱਗੇ ਚਾਰੇ ਮਤਾਂ ਦੀ ਉਹ ਗੱਲ ਹੈ ਜੋ ਗਰੀਬ ਨਵਾਜ ਨੇ ਸ਼ੁਰੂ ਕੀਤੀ। ਪਹਿਲਾ ਮਤ ਚੱਲਦਾ ਸੀ ਸੋਧੀਆਂ ਦਾ, ਜਿਹੜੇ ਕਹਿੰਦੇ ਸੀ ਸੁੱਚਮ ਰੱਖਣ ਦੇ ਨਾਲ ਹੀ ਰੱਬ ਮਿਲ ਜਾਂਦਾ, ਬਸ ਸੁੱਚੇ ਹੀ ਰਹਿਣਾ ਚਾਹੀਦਾ, ਸੁੱਚਮਤਾ। ਉਹਨੇ ਸੋਧੀ ਜਿਵੇਂ ਸਾਡੇ ਜੈਨੀ ਭਰਾ ਉਹ ਬੜੀ ਸੁੱਚਮਤਾ ਰੱਖਦੇ ਆ, ਆਪਾਂ ਤੇ ਪਾਣੀ ਵੀ ਪੁਣ ਕੇ ਪੀਂਦੇ ਹਾਂ, ਉਹ ਹਵਾ ਵੀ ਪੁਣ ਕੇ ਲੈਂਦੇ, ਮੂੰਹ ਤੇ ਪੱਟੀ ਬੰਨ ਕੇ ਰੱਖਦੇ। ਉਹ ਕਹਿੰਦੇ ਆ ਹਵਾ ਵੀ ਫਿਲਟਰ ਹੋ ਕੇ ਜਾਵੇ। ਪਹਿਲਾ ਮਤ ਸੀ ਸੋਧੀਆਂ ਦਾ, ਉੱਥੇ ਗਰੀਬ ਨਵਾਜ ਕਹਿੰਦੇ ਆ ਸੋਚੈ ਸੋਚ ਨਾ ਹੋਵੇ, ਜੇ ਸੋਚੀ ਲਖਵਾ। ਗਰੀਬ ਨਵਾਜ ਕਹਿੰਦੇ ਨੇ ਤਨ ਦੀ ਸੁੱਚਮਤਾ ਨਾਲ ਤੇਰੇ ਮਨ ਨੇ ਸੁੱਚਾ ਨਹੀਂ ਹੋ ਜਾਣਾ, ਜਿੰਨਾ ਮਰਜ਼ੀ ਨਹੀਂ, ਜੇ ਬਹੁਤਾ ਨਹਾਉਣ ਨਾਲ ਗੱਲ ਬਣਦੀ ਹੁੰਦੀ ਤੇ ਡੱਡੂ ਮੱਛੀਆਂ ਪਾਣੀ 'ਚ ਹੀ ਰਹਿੰਦੇ ਆ। ਤੇ ਦੂਜਾ ਮਤ ਕਹਿੰਦਾ ਸੀ ਵੀ ਬੋਲੋ ਹੀ ਨਾ, ਬੰਦਾ ਚੁੱਪ ਹੀ ਰਹਿਣਾ ਚਾਹੀਦਾ, ਮੌਨ। ਉਹ ਮਤ ਹੈ ਮੋਨੀਆਂ ਦਾ, ਬਸ ਗੱਲ ਹੀ ਨਾ ਕਰੋ ਕਿਸੇ ਦੀ, ਬੋਲੋ ਹੀ ਨਾ। ਉੱਥੇ ਗਰੀਬ ਨਵਾਜ ਕਹਿੰਦੇ ਆ ਚੁੱਪੈ ਚੁੱਪ ਨਾ ਹੋਵੇ, ਜੇ ਲਾਏ ਰਹਾ ਲਿਬਤਾ। ਮਹਾਰਾਜ ਕਹਿੰਦੇ ਤੇਰੇ ਤਨ ਤਨ ਦੇ ਚੁੱਪ ਹੋਣ, ਸਾਡੇ ਮਨ ਨੇ ਚੁੱਪ ਨਹੀਂ ਹੋ ਜਾਣਾ। ਤਨ ਚੁੱਪ ਹੈ, ਮਨ ਪਤਾ ਨਹੀਂ ਕਿੰਨੀਆਂ ਕੁ ਘਾੜਤਾਂ ਘੜਦਾ ਫਿਰਦਾ, ਤੇਰਾ ਮਨ ਚੁੱਪ ਨਹੀਂ ਹੁੰਦਾ। ਤੀਸਰਾ ਮਤ ਸੀ ਗੁਰਮੁਖੋ ਬਾਮ ਮਾਰਗ, ਇਹ ਅੱਜ ਵੀ ਚੱਲਦਾ। ਉਹ ਕਹਿੰਦੇ ਹੈ ਕਿ ਮਨ ਨੂੰ ਖੁੱਲ੍ਹਾ ਹੀ ਛੱਡ ਦਿਓ, ਜੋ ਮਨ ਚਾਹੁੰਦਾ ਇਹਨੂੰ ਕਰਨ ਦਿਓ। ਕਹਿੰਦੇ ਇੱਕ ਦਿਨ ਆਪੇ ਹੀ ਥੱਕ ਕੇ ਹਟ ਜੂਗਾ। ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਉਹ ਮਤ ਹੈ ਬਾਮ ਮਾਰਗ, ਆਖੇ ਮਨ ਖੁੱਲ੍ਹਾ ਹੀ ਛੱਡ ਜੂ, ਦੱਸੋ ਕੀ ਹਾਲ ਹੋਊਗਾ ਸੰਸਾਰ ਦਾ ਜੇ ਹਰ ਬੰਦੇ ਨੂੰ ਖੁੱਲ੍ਹਾ ਹੀ ਛੱਡ ਦਈਏ, ਵੀ ਜਿੰਨੀਆਂ ਮਰਜ਼ੀ ਸ਼ਰਾਬਾਂ ਪੀ ਜਾ, ਜਿੰਨੇ ਮਰਜ਼ੀ ਕਤਲ ਕਰੀ ਚੱਲ, ਜਿੰਨੇ ਮਰਜ਼ੀ ਡਾਕੇ ਮਾਰੀ ਚੱਲ, ਜਿੰਨੀਆਂ ਮਰਜ਼ੀ ਚੋਰੀਆਂ ਕਰੀ ਚੱਲ, ਜਦੋਂ ਤੇਰਾ ਮਨ ਰੱਜ ਗਿਆ ਤੂੰ ਆਪੇ ਹਟ ਗਈ, ਕੀ ਹਾਲ ਹੋਊਗਾ ਦੁਨੀਆ ਦਾ। ਉਹ ਬਾਮ ਮਾਰਗ ਕਹਿੰਦਾ ਹੈ ਮਨ ਖੁੱਲ੍ਹਾ ਛੱਡ ਜਾ, ਆਖੇ ਆਪੇ ਹੀ ਥੱਕ ਜੂਗਾ। ਉੱਥੇ ਗਰੀਬ ਨਵਾਜ ਕਹਿੰਦੇ ਨਹੀਂ ਨਹੀਂ, ਭੁੱਖਿਆ ਭੁੱਖ ਨਾ ਉਤਰੀ, ਜੇ ਤੇ ਲਾਉਂਦੇ ਹੋ ਬਿੰਦੀ ਭੁੱਖਿਆ, ਫਿਰ ਤਾਂ ਤੁਸੀਂ ਕਿਸੇ ਹੋਰ ਨੂੰ ਕਹਿੰਦੇ ਹੋ, ਪਰ ਬਿੰਦੀ ਨਹੀਂ ਭੁੱਖਿਆ। ਉਹ ਭੁੱਖਿਆ ਮਨਾ ਭੁੱਖ ਨਾ ਉਤਰੀ, ਤੇਰੀ ਕਦੇ ਭੁੱਖ ਥੋੜ੍ਹੀ ਉਤਰ ਜੂਗੀ। ਜੇ ਬੰਨਾ ਪੁਰੀਆਂ ਪਾ, ਭਾਵੇਂ ਪੁਰੀਆਂ ਦੇ ਪਦਾਰਥ ਤੇਰੇ ਅੱਗੇ ਰੱਖ ਦਈਏ, ਇਹ ਮਨ ਦੀ ਭੁੱਖ ਫਿਰ ਵੀ ਖਤਮ ਨਹੀਂ ਹੋਣੀ। ਤੇ ਚੌਥਾ ਮਤ ਸੀ ਪੜ੍ਹਨ ਲਿਖਣ ਵਾਲਿਆਂ ਦਾ, ਉਹ ਕਹਿੰਦੇ ਆ ਵਿਦਿਆ ਹੀ ਪੜ੍ਹਦੇ ਰਹੋ, ਬਸ ਵਿਦਿਆ ਪੜ੍ਹ ਪੜ੍ਹ ਕੇ ਕਹਿੰਦੇ ਬੰਦੇ ਨੂੰ ਗਿਆਨ ਹੋ ਜਾਂਦਾ। ਅੱਜ ਵੀ ਬੜਾ ਰੌਲਾ ਪੈਂਦਾ, ਬਸ ਜੀ ਕਹਿੰਦੇ ਜਾਣਕਾਰੀ ਚਾਹੀਦੀ, ਗਿਆਨ ਚਾਹੀਦੇ, ਬਸ ਬਹੁਤਾ ਪੜ੍ਹਨ ਨਾਲ ਹੀ ਕਹਿੰਦੇ ਰੱਬ ਮਿਲ ਜਾਂਦਾ। ਅੱਜ ਵੀ ਰੌਲਾ ਪੈਂਦਾ ਵੀ ਬਸ ਪੜ੍ਹਦੇ ਹੀ ਰਹਿਣਾ ਚਾਹੀਦਾ। ਇਹਦੇ ਨਾਲ ਕਹਿੰਦੇ ਦਿਮਾਗ ਖੁੱਲ੍ਹਦਾ, ਬੰਦਾ ਸਿਆਣਾ ਹੋ ਜਾਂਦਾ। ਪਰ ਧੰਨ ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਵੀ ਫਿਰ ਲੰਮੇ ਹੱਥੀ ਲਿਆ। ਗਰੀਬ ਨਵਾਜ ਕਹਿੰਦੇ ਆ ਸਹਿਸ ਸਿਆਣਪਾ, ਸਹੱਸ ਕਹਿੰਦੇ ਆ ਹਜ਼ਾਰ, ਲੱਖ ਹੋ ਹੈ, ਇਹ ਵੀ ਕਹਿੰਦੇ ਹਜ਼ਾਰਾਂ ਤੋਂ ਲੱਖਾਂ ਹਿਸਾਬ ਲਾ ਲਿਓ ਆਪੇ ਕਿੰਨੀਆਂ ਕੁ ਬਣ ਜਾਂਦੀਆਂ।
ਇੰਨੀਆਂ ਕੁ ਸਿਆਣਪਾਂ ਤਾਂ ਇੱਕ ਨਾ ਚੱਲੇ ਨਾ। ਇਹ ਤੁਹਾਡੇ ਮਨ ਦੇ ਉੱਤੇ ਕੋਈ ਸਿਆਣਪ ਚੱਲਦੀ ਵੀ ਹੈ? ਵੱਡੇ ਵੱਡੇ ਅਪਰਾਧ ਜਿਹੜਾ ਮੂਰਖ ਬੰਦਾ ਨਹੀਂ ਕਰ ਸਕਦਾ ਪੜ੍ਹੇ ਲਿਖਿਆ ਨੇ ਕੀਤੇ ਹੈ। ਸੰਸਾਰ ਦੇ ਵਿੱਚ ਬਹੁਤਾ ਰੌਲਾ ਗੌਲਾ ਕੋਈ ਅਨਪੜ੍ਹ ਮੂਰਖਾਂ ਨੇ ਨਹੀਂ ਪਾਇਆ, ਇਹ ਬਹੁਤਿਆਂ ਸਿਆਣਿਆਂ ਨੇ ਪਾਇਆ ਹੋਇਆ। ਕਦੇ ਸੁਣਿਆ ਕਿਸੇ ਬੱਚੇ ਨੇ ਅੱਗ ਲਾਈ ਹੈ? ਬੱਚਿਆਂ ਤੋਂ ਅੱਗ ਨਹੀਂ ਲੱਗਦੀ, ਇਹ ਅੱਗਾਂ ਸਿਆਣੇ ਹੀ ਲਾਉਂਦੇ। ਇਹ ਬਹੁਤੀਆਂ ਸਿਆਣਫਾਂ ਵਾਲਿਆਂ ਨੇ ਅੱਗਾਂ ਲਾਈਆਂ, ਕੀ ਕਰਨਗੀਆਂ ਸਿਆਣਫਾਂ? ਵੇਖੋ ਮਹਾਰਾਜ ਨੇ ਚਾਰੇ ਹੀ ਮਤਾਂ ਨੂੰ ਲੰਮੇ ਹੱਥੀ ਲੈ ਲਿਆ। ਉੱਥੇ ਫਿਰ ਸਿੱਧ ਕਹਿੰਦੇ ਮਹਾਰਾਜ ਫਿਰ ਬਣੂਗਾ ਕੀ, ਫਿਰ ਕੀਤਾ ਕੀ ਜਾਵੇ? ਕਿਵ ਸਚਿਆਰਾ ਹੋਈ ਹੈ, ਇਹ ਸਿੱਧਾਂ ਦਾ ਸਵਾਲ ਹੈ। ਕਿਵ ਕੂੜੈ ਟੁੱਟੈ ਪਾਰ, ਇਹ 'ਚ ਦੋ ਸਵਾਲ ਆ ਗਏ ਬਈ ਬੰਦਾ ਸੱਚਾ ਫਿਰ ਕਿਵੇਂ ਹੋਊਗਾ ਤੇ ਕੂੜ ਦੀ ਕੰਧ ਕਿਵੇਂ ਟੁੱਟੂਗੀ, ਇਹ ਸਵਾਲ ਹੈ ਸਵਾਲ। ਇੱਥੇ ਫਿਰ ਮਹਾਂਪੁਰਸ਼ ਬਣਦੇ ਆ ਇਸ ਗੱਲ ਨੂੰ, ਕਹਿੰਦੇ ਸਾਰੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਇਸ ਇੱਕੋ ਹੀ ਸਵਾਲ ਦਾ ਜਵਾਬ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ, ਇੱਕੋ ਹੀ ਸਵਾਲ ਦਾ ਜਵਾਬ ਹੈ, ਬੰਦਾ ਸੱਚਾ ਕਿਵੇਂ ਹੁੰਦਾ ਤੇ ਕੂੜ ਦੀ ਕੰਧ ਕਿਵੇਂ ਟੁੱਟਦੀ ਹੈ। ਜਿਹੜੀ ਕੂੜ ਦੀ ਕੰਧ ਹੈ ਇਹ ਬੰਦੇ ਤੇ ਰੱਬ ਦੇ ਵਿਚਾਲੇ ਹੈ, ਇਹ ਜਿਹੜੀ ਕੰਧ ਹੁੰਦੀ ਹੈ ਇਹਦੇ ਚ ਗੁਣ ਹੁੰਦਾ, ਇਹ ਇੱਕ ਤੋਂ ਦੋ ਕਰ ਦਿੰਦੀ ਹੈ। ਚੰਗਾ ਭਲਾ ਘਰ ਇੱਕੋ ਹੀ ਹੁੰਦਾ, ਸਾਰੇ ਭਰਾ ਰਹੀ ਜਾਂਦੇ, ਤੇ ਜੇ ਵਿਚਾਲੇ ਦੀ ਕੰਧ ਕਰਦੇ ਉਹ ਦੋ ਬਣ ਜਾਣਗੇ। ਖੇਤ ਇੱਕੋ ਹੀ ਹੁੰਦਾ, ਵਿਚਾਲੇ ਦੀ ਪਾਲ ਪਾ ਦਿਓ ਵੱਟ ਪਾ ਦਿਓ ਦੋ ਹੋ ਜਾਂਦੇ। ਇੰਡੀਆ ਪਾਕਿਸਤਾਨ ਇੱਕੋ ਹੀ ਨੇ, ਇੱਕ ਬਾਰਡਰ ਲਾਈਨ ਨਹੀਂ ਦੋ ਬਣਾਤੇ। ਆ ਪੰਡਾਲ ਤਾਂ ਇੱਕੋ ਹੀ ਹੈ, ਆ ਵਿਚਾਲੇ ਦੀ ਰੱਸੀਆਂ ਬੰਨਦੀਆਂ ਤੇ ਪੰਡਾਲ ਦੋ ਬਣ ਗਏ। ਇਹ ਬੀਬੀਆਂ ਦਾ ਪੰਡਾਲ ਅੱਡ ਹੋ ਗਿਆ ਤੇ ਆਪਣਾ ਅੱਡ ਹੋ ਗਿਆ। ਆ ਵੱਟ ਨਹੀਂ, ਆ ਕੈਮਰੇ ਵਾਲਿਆਂ ਦਾ ਪੰਡਾਲ ਹੀ ਅੱਡ ਬਣਾਤਾ। ਹੁਣ ਮੈਨੂੰ ਤੁਸੀਂ 10 ਰੁਪਈਏ ਵੀ ਨਹੀਂ ਦੇ ਸਕਦੇ ਆ ਕੇ। ਇਹ ਗੁਣੇ ਵੱਟ ਦੇ ਵਿੱਚ ਜਿੱਥੇ ਪੈਗੀ ਇੱਕ ਤੋਂ ਦੋ ਕਰ ਦਿੰਦੀ ਹੈ। ਉੱਥੇ ਸਿੱਧ ਕਹਿੰਦੇ ਮਹਾਰਾਜ ਇਹ ਕੂੜ ਦੀ ਕੰਧ ਨਹੀਂ ਬੰਦੇ ਨੂੰ ਰੱਬ ਤੋਂ ਦੂਰ ਕੀਤਾ ਹੋਇਆ, ਇਹ ਟੁੱਟੂਗੀ ਕਿਵੇਂ, ਇਹਨੂੰ ਢਾਵਾਂਗੇ ਕਿਵੇਂ, ਮੇਲ ਕਿਵੇਂ ਹੋਊਗਾ? ਉੱਥੇ ਫਿਰ ਗਰੀਬ ਨਵਾਜ ਜਵਾਬ ਦਿੰਦੇ, ਹੁਕਮ ਰਜਾਈ। ਤੁਸੀਂ ਰਜਾਈ ਹੋਈ ਪੜ੍ਹੀ ਜਾਂਦੇ ਹੋ, ਰਜਾਈ ਤਾਂ ਉੱਤੇ ਲੈ ਕੇ ਸੌਂਦਾ, ਇਹ ਉਹ ਰਜਾਈ ਦੀ ਗੱਲ ਨਹੀਂ ਇੱਥੇ। ਰਜਾਈ ਹੁਕਮ ਰਜਾਈ ਚੱਲਣ, ਜਦ ਤੂੰ ਹੁਕਮ ਦੇ ਵਿੱਚ ਅਕਾਲ ਪੁਰਖ ਦੀ ਰਜਾ ਵਿੱਚ ਚੱਲੇਗਾ ਨਾ। ਨਾਨਕ ਲਿਖਿਆ ਨਾ, ਜਦ ਤੇਰੀ ਜ਼ਿੰਦਗੀ ਉਹਦੇ ਹੁਕਮ ਵਿੱਚ ਆਜੂਗੀ, ਉਹਦੀ ਰਜਾ ਵਿੱਚ ਆ ਜਾਏਗਾ, ਉਦੋਂ ਇਹ ਕੂੜ ਦੀਆਂ ਕੰਧਾਂ ਟੁੱਟ ਜਾਣਗੀਆਂ। ਤੇ ਜਦ ਕੂੜ ਦੀ ਕੰਧ ਟੁੱਟ ਗਈ ਫਿਰ ਆਪਾਂ ਮਿਲਣਾ ਕਿਹਨੂੰ ਹੈ? ਫਿਰ ਤੇ ਦੋਹੇ ਤੇ ਏਕ ਰੂਪ ਹੋਏ ਗਏ। ਜਦੋਂ ਘਰ ਦੇ ਵਿਚਾਲਿਓ ਕੰਧ ਹੀ ਢਹਿ ਗਈ ਫਿਰ ਕੌਣ ਕਹਿੰਦਾ ਦੋ ਘਰ ਨੇ, ਫਿਰ ਤੇ ਇੱਕੋ ਹੀ ਘਰ ਹੈ। ਆ ਜਦ ਆਪਾਂ ਰੱਸੀਆਂ ਹੀ ਪੱਟਦੀਆਂ ਪੰਡਾਲ ਦੀਆਂ ਫਿਰ ਕੌਣ ਕਹੂਗਾ ਵੀ ਆਹ ਕੈਮਰੇ ਵਾਲਿਆਂ ਦੀ ਜਗ੍ਹਾ, ਆਹ ਪੰਡਾਲ ਬੀਬੀਆਂ ਦਾ, ਆਹ ਜਗ੍ਹਾ ਬਾਬਿਆਂ ਦੀ ਹੈ, ਆਹ ਰੱਸੀਆਂ ਪੱਟਣ ਦੀ ਦੇਰ ਹੈ, ਇਹ ਖੇਤ ਇੱਕੋ ਹੀ, ਫਿਰ ਦੱਸਣ ਦੀ ਲੋੜ ਨਹੀਂ ਕਿਸੇ ਨੂੰ। ਜਦ ਕੂੜ ਦੀ ਕੰਧ ਢਹਿ ਗਈ ਫਿਰ ਕਹਿਣ ਦੀ ਤੇ ਲੋੜ ਹੀ ਨਹੀਂ ਕਿ ਬੰਦਾ ਹੋਰ ਹੈ ਤੇ ਰੱਬ ਹੋਰ ਹੈ, ਫਿਰ ਤੇ ਇੱਕੋ ਹੀ, ਤੈਨੂੰ ਹੁਕਮ ਦੇ ਵਿੱਚ ਆਉਣਾ ਪਊਗਾ, ਉਹਦੀ ਰਜਾ ਵਿੱਚ ਆਉਣਾ ਪਊਗਾ, ਤੇਰੀ ਜ਼ਿੰਦਗੀ ਰਜਾ ਵਿੱਚ ਲਿਆਉਣ ਵਾਸਤੇ ਹੀ ਆ ਸਾਰਾ ਜ਼ੋਰ ਲਾਉਣਾ ਪੈਂਦਾ।
तेरी जिंदगी जदों उहदी रजा विच आएगी। जिन्ना चिर अपने आप तू बुद्धि दे दायरे च जिउणा है तू हो रहे ते रब हो रहे, ये तेरा अपना ही रौला पाया होया है, ओ नहीं दूर, तू खुदों तो दूर हो बैठे। कर्मां दी कंध नहीं दूर कीता होया, किरत कर्म के विछड़े कर किरपा मेलो राम, तेरे कर्म तेनू दूर कर दे। जब तू करता बन के कर्म करदा है उदों तू रब तो दूर है।